ਵੈਟਰਨ ਐਕਟਰ ਸਤੀਸ਼ ਕੋਲ ਅੱਜ ਕੱਲ੍ਹ ਆਪਣੀ ਜ਼ਿੰਦਗੀ ਦੇ ਸਭ ਤੋਂ ਖਰਾਬ ਦੌਰ ਚੋਂ ਨਿਕਲ ਰਹੇ ਨੇ। ਇਸ ਵਕਤ ਨਾ ਤਾਂ ਉਹਨਾਂ ਕੋਲ ਦਵਾਈ ਖਰੀਦਣ ਲਈ ਪੈਸੇ ਨੇ ਅਤੇ ਨਾ ਹੀ ਸਰ ਟਕਣ ਲਈ ਛੱਤ। ਅਜਿਹੇ ਚ ਸਤੀਸ਼ ਕੋਲ ਲੁਧਿਆਣਾ ਚ ਆਪਣੀ ਇੱਕ ਫੈਨ ਦੇ ਘਰ ਚ ਜ਼ਿੰਦਗੀ ਗੁਜ਼ਾਰ ਰਹੇ ਨੇ। ਸਤੀਸ਼ ਕੋਲ ਦੇ ਇਹਨਾਂ ਹਾਲਾਤਾਂ ਬਾਰੇ ਜਦ ਟੀਵੀ ਪੰਜਾਬ ਉੱਤੇ ਖਬਰ ਨਸ਼ਰ ਕੀਤੀ ਗਈ ਤਾਂ ਸੈਂਕੜੇ ਹੱਥ ਉਹਨਾਂ ਦੀ ਮਦਦ ਲਈ ਉੱਠਣੇ ਸ਼ੁਰੂ ਹੋ ਗਏ। ਅੱਜ ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਮੈਂਬਰਾਂ ਨੇ ਸਤੀਸ਼ ਕੋਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਰਥਿਕ ਮਦਦ ਭੇਟ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਮਨੋਰੰਜਨ ਟੈਕਸ ਦੇ ਤੌਰ ਉੱਤੇ ਹਰ ਮਹੀਨੇ ਕਰੋੜਾਂ ਰੁਪਏ ਇਕੱਠਾ ਕਰਦੀ ਹੈ। ਇਸ ਰਕਮ ਦਾ ਕੁਝ ਹਿੱਸਾ ਵੈਟਰਨ ਕਲਾਕਾਰਾਂ ਦੀ ਦੇਖਭਾਲ ਉੱਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਤੋ ਯਹਾਂ ਪ੍ਰਸ਼ਨ ਉੱਠਤਾ ਹੈ, ਹਮਾਰੀ ਸਰਕਾਰ ਜੋ ਫਿਲਮ ਇੰਡਸਟਰੀ ਸੇ ਮਨੋਰੰਜਨ ਟੈਕਸ ਲੇਤੀ ਹੈ, ਐਂਟਰਟੇਨਮੈਂਟ ਟੈਕਸ, ਤੋ ਕਿਆ ਸਰਕਾਰ ਕਾ ਵੀ ਕੁਛ ਦਾਇਤਵ ਬਣਤਾ ਹੈ ਕਿ ਐਸੇ ਮੇਂ ਕੁਛ ਫੰਡ ਇਨਕੇ ਲੀਏ, ਐਸੇ ਕਲਾਕਾਰੋਂ ਕੇ ਲੀਏ ਰੱਖਾ ਜਾਏ? ਪਤਾ ਲੱਗਾ ਸੀ ਕਿ ਸਤੀਸ਼ ਕੌਲ ਜੀ ਬਿਮਾਰ ਨੇ, ਕਿਸੇ ਬਿਰਧ ਆਸ਼ਰਮ ਰਹੇ ਨੇ, ਉੱਥੋਂ ਉਹਨਾਂ ਦੀ ਭੈਣ ਇੱਥੇ ਲੈ ਆਈ ਆਪਣੇ ਘਰ, ਉੱਥੇ ਅਸੀਂ ਆ ਕੇ ਇਹਨਾਂ ਨੂੰ ਸਨਮਾਨ ਕਰ ਰਹੇ ਹਾਂ, ਤੁਸੀਂ ਭੇਟ ਦੇ ਰਹੇ ਹਾਂ। ਇਸ ਮੌਕੇ ਸਤੀਸ਼ ਕੋਲ ਨੇ ਵੀ ਸੰਸਥਾ ਦੇ ਮੈਂਬਰਾਂ ਅਤੇ ਟੀਵੀ ਪੰਜਾਬ ਦਾ ਧੰਨਵਾਦ ਕੀਤਾ। ਮੈਂ ਅਲਾਇੰਸ ਕਲੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਜਿਹੜੀ ਮੇਰੀ ਮਦਦ ਕੀਤੀ ਹੈ ਮੈਂ ਜ਼ਿੰਦਗੀ ਭਰ ਉਹ ਨਹੀਂ ਭੁੱਲ ਸਕਦਾ। ਉਹਨਾਂ ਸਾਰੇ ਮੈਂਬਰਸ ਨੂੰ, ਅਲਾਇੰਸ ਕਲੱਬ ਦੇ ਹੋਰ ਟਰੱਸਟੀਜ਼ ਨੂੰ, ਪ੍ਰੈਜ਼ੀਡੈਂਟ ਨੂੰ, ਸੈਕਟਰੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖਿਆ ਹਮੇਸ਼ਾ। ਆਈ ਐਮ ਵੈਰੀ ਗ੍ਰੇਟਫੁਲ ਟੂ ਦ ਅਲਾਇੰਸ ਕਲੱਬ, ਉਹਨਾਂ ਨੇ ਅੱਜ ਜਿਹੜੀ ਮੇਰੀ ਮਦਦ ਕੀਤੀ ਹੈ ਮੈਂ ਉਹਦੇ ਲਈ ਉਹਨਾਂ ਦਾ ਬਹੁਤ ਹੀ ਦਿਲੋਂ ਸ਼ੁਕਰਗੁਜ਼ਾਰ ਹਾਂ। ਟੀਵੀ ਪੰਜਾਬ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਸਮਾਂ ਕੱਢਿਆ, ਮੇਰੇ ਦਿਲ ਦੇ ਜਿਹੜੇ ਜਜ਼ਬਾਤ ਹੈ ਉਹ ਬਾਹਰ ਲਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਨੇ ਟੀਵੀ ਪੰਜਾਬ। ਕਿਸੇ ਵੇਲੇ ਸਤੀਸ਼ ਕੋਲ ਨੂੰ ਪੰਜਾਬ ਦੇ ਅਮਿਤਾਭ ਬੱਚਨ ਦੇ ਤੌਰ ਉੱਤੇ ਜਾਣਿਆ ਜਾਂਦਾ ਸੀ। ਉਹਨਾਂ ਨੇ ਪੰਜਾਬੀ ਫਿਲਮਾਂ ਦੇ ਨਾਲ ਹੀ ਕਈ ਹਿੰਦੀ ਫਿਲਮਾਂ 'ਚ ਵੀ ਆਪਣੀ ਕਲਾ ਦੇ ਜ਼ੋਹਰ ਦਿਖਾਏ ਨੇ, ਪਰ ਚੂਲਾ ਟੁੱਟਣ ਕਾਰਨ ਉਹ ਐਕਟਿੰਗ ਤੋਂ ਦੂਰ ਹੋ ਗਏ ਅਤੇ ਹੁਣ ਗੁਮਨਾਮੀ ਦੇ ਹਨੇਰੇ 'ਚ ਆਪਣੀ ਜ਼ਿੰਦਗੀ ਗੁਜ਼ਾਰਨ ਨੂੰ ਮਜਬੂਰ ਹਨ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਸਤੀਸ਼ ਕੋਲ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ, ਪਰ ਇਹ ਮਦਦ ਕਦੋਂ ਤੱਕ ਮਿਲ ਪਾਉਂਦੀ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜੇਕਰ ਤੁਸੀਂ ਵੀ ਸਤੀਸ਼ ਕੋਲ ਦੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ, ਟੀਵੀ ਪੰਜਾਬ।